ਲਓ ਜੀ ਆ ਤੁਹਾਡਾ ਪਿੰਡ ਹੈ ਬਜ਼ੁਰਗੋ, ਇੱਕ ਨਾ ਰਸੂਲਪੁਰੀਆਂ ਦਾ ਪਰਿਵਾਰ ਸੀ ਉਹ, ਰਸੂਲਪੁਰੀਆਂ ਦਾ, ਹਾਂਜੀ ਦਾਦੀ ਉਹਨਾਂ ਦਾ। ਲਓ ਜੀ ਰਸੂਲਪੁਰੀਆਂ ਦਾ ਪਰਿਵਾਰ ਲੱਭਦੇ ਆ ਬਜ਼ੁਰਗਾਂ ਨੂੰ, ਪਹਿਲਾਂ ਪਿੰਡ ਉਹਨਾਂ ਦਾ ਵਿਖਾ ਦਾ ਵੀ ਆਹ ਪਿੰਡ ਦੀ ਮੇਨ, ਜਿਵੇਂ ਉਹਨੇ ਦੱਸਿਆ ਸੀ ਨਾ ਵੀ 2 ਕਿਲੋਮੀਟਰ ਦੂਰ ਤੇ ਹੈਗਾ, ਪੂਰਾ 2 ਕਿਲੋਮੀਟਰ ਦੂਰ ਹੈ। ਹਾਂਜੀ ਇਹ ਗੁਰਦੁਆਰਾ ਕਿੱਥੇ, ਕਿਹੜੀ ਜਗ੍ਹਾ ਭਾਜੀ? ਸਾਹਮਣੇ ਆ ਜਿਹੜੀ ਨੁੱਕਰ ਤੇ ਦੁਕਾਨ ਜਿਹੀ ਹੈ ਨਾ। ਹਾਂ ਤੇ ਹੁਣ ਗੁਰਦੁਆਰਾ ਨੀਵਾਂ ਹੋ ਗਿਆ, ਭਰਤੀਆਂ ਪੈ ਗਈਆਂ ਤੇ ਆ ਜਿਹੜੀ ਨੁੱਕਰ ਆ ਇਹ ਗੁਰਦੁਆਰੇ ਦੇ ਸਾਰਾ ਕੁਝ ਖਤਮ ਹੋ ਗਿਆ। ਮਸਜਿਦ ਦੇ ਸਾਹਮਣੇ ਗੁਰਦੁਆਰਾ ਪੈ। ਹਾਂਜੀ ਹਾਂਜੀ, ਮੈਂ ਕਿਹਾ ਖੂਹ ਦੇ ਬਿਲਕੁਲ ਖੂਹ ਦੇ ਉੱਤੇ ਖਲੋਤੇ ਆ ਆਪਾਂ ਚੌਂਕ ਦੇ ਵਿੱਚ, ਤੇ ਆਹ ਗੁਰਦੁਆਰੇ ਵਾਲੀ ਨੁੱਕਰ ਸੀ। ਹਾਂਜੀ ਹਾਂ ਹਾਂ, ਸੈਂਟਰ ਚ ਹਾਂਜੀ ਸਾਡਾ ਲੈਂਦੇ ਵੱਲ ਨੂੰ ਮੂੰਹ ਆ, ਇਸ ਘਰ ਚ ਖੂਹ ਸੀ ਮਾਮਾ ਜੀ। ਛੋਟਾ ਛੋਟਾ ਕਰਤਾ ਨਾ ਮਾਮਾ ਜੀ ਨੇ, ਘਰ ਬਣਾ ਲਿਆ ਵਿੱਚ, ਘਰ ਬਣ ਗਏ ਵਿੱਚ ਵਿੱਚ ਘਰ ਬਣ ਗਏ ਹੁਣ, ਉਹ ਪਹਿਲਾਂ ਨੀ ਨਾ ਖੁੱਲਾ ਰਹਿ ਗਿਆ। ਮੈਂ ਕਿਹਾ ਸਾਰਿਆਂ ਪਰਿਵਾਰਾਂ ਨੂੰ ਆਖੋ ਮੇਰੀ ਵੱਲੋਂ ਸਲਾਮਾਂ ਲੈ ਕੇ। ਠੀਕ ਹੈ ਜੀ, ਠੀਕ ਹੈ ਜੀ, ਕਹੋ ਜੀ ਸਾਰਿਆਂ ਨੂੰ। ਆਖੋ ਸਾਰੇ ਇਕੱਠੇ ਹੋਏ ਆ ਪਿੰਡ ਦੇ ਬੱਚੇ ਸਾਰੇ, ਸਲਾਮ ਆਇਆ ਵੀ ਸਾਡੇ ਵੱਡਿਆਂ ਵੱਲੋਂ ਸਾਰਿਆਂ ਨੂੰ ਪਿੰਡ ਦਿਆਂ ਨੇ। ਅਸਲਾਮ ਵਾਲੇਕੁਮ ਸਾਰੇ ਦੋਸਤਾਂ ਨੂੰ, ਮੈਂ ਨਸ ਢਿੱਲੋ, ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਤੇ। ਅੱਜ ਇੱਕ ਹੋਰ ਵਲੌਗ ਲੈ ਕੇ ਵਾਹਵਾ ਦਿਨਾਂ ਬਾਅਦ ਤੁਹਾਡੇ ਆ ਰੂਬਰੂ। ਮੈਂ ਪਾਕਿਸਤਾਨ ਵਾਹਵਾ ਦਿਨਾਂ ਪਿਛਲਿਆਂ ਤੋਂ, ਕੋਈ ਸਾਡੇ ਦੋਸਤ ਕੁਛ ਆਰਟਿਸਟ ਆਏ ਹੋਏ ਨੇ ਇੰਡੀਆ ਪੰਜਾਬ ਤੋਂ, ਤੇ ਮੈਂ ਇੱਧਰ ਕਾਫੀ ਆਰਡਰ ਕੀਤੀ ਸੀ, ਉਹ ਵੀ ਆ ਗਈ ਹੈ, ਤੇ ਨਾਲ ਮੇਰੀ ਸ਼ਹਿਜੀ ਜੇ ਆ। ਯੋ ਸ਼ਹਿਜੀ ਜੇ, ਅਸੀਂ ਜਾਣਾ ਇੱਕ ਪਿੰਡ 'ਚ ਜਾਣਾ ਸਮੁੰਦਰੀ, ਫਿਰ ਉਸ ਤੋਂ ਬਾਅਦ ਅੰਜਮ ਨੂੰ ਮਿਲਣਾ, ਫਿਰ ਜਾਣਾ ਲਾਹੌਰ। ਅੱਜ ਦਾ ਵਲੌਗ ਸਾਡਾ ਇੱਧਰ ਇੱਧਰ ਇਸ ਏਰੀਏ 'ਚ ਹੈਗਾ, ਸ਼ਹਿਜ਼ਾਦ ਨਾਲ ਗੱਪਾਂ ਸ਼ੱਪਾਂ ਮਾਰਨੀਆਂ, ਕੁਛ ਸੁਣਨਾ ਇਹਦੇ ਕੋਲੋਂ ਪ੍ਰੋਫੈਸਰ ਸਾਹਿਬ ਕੋਲ। ਸੋ ਚੱਲਦੇ ਹਾਂ ਪਹਿਲਾਂ ਆਪਾਂ ਸਮੁੰਦਰੀ, ਅਗਲੀਆਂ ਗੱਲਾਂ ਬਾਤਾਂ ਫਿਰ। ਕਾਫੀ ਲੈ ਲਈਏ, ਕਾਫੀ ਆ ਗਈ ਹੈ, ਉਹ ਕੁੜੀ ਕਹਿਣ ਡਈ ਵੀ ਕਾਫੀ ਫਟਾਫਟ ਲੈ ਲਓ ਸਾਡੇ ਕੋਲ। ਵੀ ਆਪਾਂ ਗਏ ਪਹੁੰਚ 140 ਚੱਕ ਸਮੁੰਦਰੀ, ਤੇ ਇਹਦੇ ਮੇਰੇ ਨਾਲ ਆ ਰੇਸ਼ਮ ਸਿੰਘ। ਸਤਿ ਸ਼੍ਰੀ ਅਕਾਲ ਜੀ। ਰੇਸ਼ਮ ਸਿੰਘ ਦੇ ਆ ਦਾਦੀ ਹੁਣਾਂ ਦਾ ਇਹ ਪਿੰਡ, ਤੇ ਦਾਦਾ ਜੀ ਦੀ ਵੀਡੀਓ ਵੀ ਮੈਂ ਤੁਹਾਡੇ ਨਾਲ ਸ਼ੇਅਰ ਅੱਗੇ ਕੀਤੀ ਆ। ਹਾਂਜੀ, ਅੱਜ ਕੱਲ ਜਿਹਨੂੰ ਫੈਸਲਾਬਾਦ ਆਉਂਦੇ ਆ, ਅਸੀਂ ਲੈਲਪੁਰ ਆਉਂਦੇ ਹੁੰਦੇ, ਉਦੋਂ ਲੈਲਪੁਰ ਸੀ, ਤੇ ਲੈਲਪੁਰ ਤੋਂ ਡਜਕੋਟ ਤੇ ਡਜਕੋਟ ਤੋਂ ਸਮੁੰਦਰੀ, ਤਹਿਸੀਲ ਸਾਡੀ ਸਮੁੰਦਰੀ ਸੀ, ਤੇ ਜਿਸ ਵੇਲੇ ਸਮੁੰਦਰੀ ਜਾਓਗੇ ਤੇ ਉਥੋਂ 2 ਮੀਲ ਦੇ ਉੱਤੇ ਚੱਕ ਨੰਬਰ 140 ਗਾਹਬੇ ਜਾਂ ਸਰਦਾਰਕੋਟ, ਇੱਕ ਬੰਨੇ 39 ਆ, ਜਾਂਦੇ ਆ ਤੁਹਾਨੂੰ ਖੱਬੇ ਹੱਥ ਜਿਹੜੀ ਆ, ਖੱਬੇ ਹੱਥ ਆਉਣੀ ਆ ਸਾਡਾ ਪਿੰਡ, ਤੇ ਦੂਜੇ ਸੱਜੇ ਹੱਥ ਆਉਣੀ ਆ 39, ਤੇ ਤੁਸੀਂ 40 ਵਾਲੇ ਰਾਹ ਸੜਕ ਤੇ ਪੈ ਕੇ ਤੇ 40 ਚੱਕ ਨੰਬਰ 140 ਚਲੇ ਜਾਣਾ। ਜਦੋਂ ਉੱਥੇ ਜਾਓਗੇ ਉੱਥੇ ਪੁੱਛਣਾ ਤੇ ਸੂਰਪੁਰੀਆ ਦਾ ਘਰ ਕਿਹੜਾ ਸੀ ਸਰਦਾਰ ਸਰੈਣ ਸਿੰਘ ਦਾ, ਉਹ ਤੁਹਾਨੂੰ ਜਿਹੜੇ ਪੁਰਾਣੇ ਬੰਦੇ ਉਹਨਾਂ ਨੇ ਉਦੋਂ ਦੱਸ ਦੇਣਾ ਵੀ ਆਹ ਘਰ ਸੀ। ਉੱਥੇ ਘਰ ਦੇ ਜੇ ਵੇਲੇ ਤੁਸੀਂ ਅੰਦਰ ਜਾਣਾ, ਉਦੋਂ ਤੁਸੀਂ ਵੇਖਣਾ ਇੱਕ ਬੰਨੇ ਖਰਾਸ ਉਦੋਂ ਲੱਗਾ ਹੁੰਦਾ ਸੀ, ਉਦੋਂ ਬਾਅਦ ਗਾਂਹ ਜਾਣਾ, ਅੱਗੇ ਸਾਡੇ ਮਜ਼ਮੀਆਂ ਦੇ ਘਰ ਹੁੰਦੇ ਸੀ, ਉਦੋਂ ਗਾਂਹ ਸਾਡੇ ਇੱਕ ਡੇਹੜੀ ਹੁੰਦੀ ਸੀ, ਡੇਹੜੀ ਤੋਂ ਗਾਂਹ ਲੰਘ ਕੇ ਤੇ ਉਹ ਸਾਡਾ ਅੱਗੇ ਗਾਂਹ ਘਰ ਹੁੰਦਾ ਸੀ, ਉਹ ਘਰ ਵੇਖਣਾ ਚੰਗੀ ਤਰ੍ਹਾਂ, ਕੋਠੇ ਦੇ ਉੱਤੇ ਚੜ੍ਹ ਕੇ ਵੇਖਣਾ
ਪਿਛਲੇ ਬੰਨੇ ਵੱਲ ਸਾਈਆਂ ਦੇ ਘਰ ਹੁੰਦੇ ਸੀ, ਵਿਹੜਾ ਇੱਕ ਸਾਈਆਂ ਦਾ ਹੁੰਦਾ ਸੀ, ਉਹ ਸਰਦਾਰ ਜਾਗਰ ਸਿੰਘ ਦਾ ਘਰ ਸੀ ਤੇ ਜਾਗਰ ਸਿੰਘ ਦੇ ਘਰ ਦੇ ਨਾਲ ਉਹ ਸਾਈ ਉਧਰ ਜਾਦੇ ਸਾਈ ਰਹਿੰਦੇ ਸੀ ਤੇ ਉਹ ਤੁਸੀਂ ਜਾ ਕੇ ਚੰਗੀ ਤਰ੍ਹਾਂ ਕੋਠੇ ਤੇ ਵੀ ਚੜ ਕੇ ਵੇਖਣਾ, ਉਹਨਾਂ ਨੂੰ ਵੀ ਦੱਸਣਾ ਜੇ ਕੋਈ ਉਹ ਹੋਵੇ ਮੇਰਾ ਹਾਣੀ ਤੇ ਉਹ ਆਣ ਕੇ ਮੁੰਡੇ ਪੜ੍ਹਦੇ ਹੁੰਦੇ ਸੀ ਨਾਲ ਸਾਡੇ ਤੇ ਉਹ ਆਉਂਦੇ ਹੁੰਦੇ ਸੀ। ਜਿਸ ਵੇਲੇ ਤੁਸੀਂ ਪਿੰਡ ਚ ਇਕੱਠੇ ਹੋਣਾ ਤੇ ਜਦੋਂ ਆ ਗਏ ਸਾਰੇ ਤੁਹਾਨੂੰ ਪੁੱਛਣਾ ਆਪਣਾ ਹੈਦਰ ਸੀ ਸਾਡਾ, ਸਾਡੇ ਨਾਲ ਹੁੰਦਾ ਸੀ ਹੈਦਰ, ਉਹਦੇ ਘਰ ਦੀ ਚਾਚੀ ਕਰਸ਼ੈਦਾਂ ਤੇ ਬਾਕੀ ਜਿਹੜਾ ਇਹ ਉਹ ਵੇਖਣਾ, ਪਰ ਉਹਦਾ ਕੋਈ ਬੱਚਾ ਨਹੀਂ ਸੀ ਹੈਦਰ ਦਾ, ਕੋਈ ਮੇਰੇ ਖਿਆਲ ਚ ਨਿਆਣਾ ਨਹੀਂ ਸੀ। ਉਹਦੇ ਬਾਅਦ ਉਹਨਾਂ ਦੇ ਪਰਿਵਾਰ ਤੋਂ ਸਾਰਿਆਂ ਨੂੰ ਦੱਸਣਾ ਵੀ ਇਹ ਬਲਦੇਵ ਸਿੰਘ ਜਿਹੜਾ ਇਹ ਸਾਲਦਾਰ ਦਾ ਪੋਤਰਾ ਸੀ ਤੇ ਉਦੋਂ ਬਾਅਦ ਤੁਸਾਂ ਫਿਰ ਪੁੱਛਣਾ ਵੀ ਜਿਹੜੇ ਲੁਹਾਰ ਆ ਗਫੂਰ ਲੁਹਾਰ ਆ ਉਹ ਸਾਡੇ ਲਾਗੋਂ ਗਏ ਸੀ ਆਪਣੇ ਤੋਂ ਗਿੱਲਾਂ ਤੋਂ ਤੇ ਉਹਨਾਂ ਦੇ ਜਿਸ ਵੇਲੇ ਗਾਂ ਜਾਓਗੇ ਤੇ ਅਗਲੇ ਬੰਦਿਆਂ ਨੂੰ ਉਹਨਾਂ ਦੀ ਦੁਕਾਨ ਆਉਣੀ ਆ। ਇਹ ਉਹਨਾਂ ਦਾ ਪਿੰਡ ਆ, ਇਹ ਪਿੰਡ ਵੇਖਣ ਵਾਸਤੇ ਆਏ ਆ। ਦੋ ਤਿੰਨ ਨਾਂ ਉਹਨਾਂ ਦੱਸਿਆ, ਹੈਦਰ ਤੇ ਗਫੂਰ ਲੁਹਾਰ। ਤੁਸੀਂ ਵੇਖੀ ਵੀਡੀਓ ਤੇ ਆਪਾਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਪਹੁੰਚ ਕੇ ਤੇ ਤੁਹਾਨੂੰ ਲੱਭ ਜਾਣ ਬਜ਼ੁਰਗ। ਦਰਬਾਰ ਦੇ ਲਾਗੇ ਪਿੰਡੋਂ ਬਾਹਰ ਨਿਕਲੋਗੇ ਨਾ ਇਧਰਲੀ ਸਾਈਡ ਦੇ ਦਰਬਾਰ, ਦਰਬਾਰ ਦੇ ਨਾਲ ਇਧਰਲੀ ਸਾਈਡ ਦੇ ਗਫੂਰ। ਚਲੋ ਚਲੋ ਠੀਕ, ਮਿਹਰਬਾਨੀ ਲਓ ਜੀ। ਹਾਂਜੀ, ਇੱਕ ਮੁਰੱਬਾ ਪਿੰਡੋਂ ਬਾਹਰ ਨਿਕਲੋ ਫੇਰ ਆ ਉਹਨਾਂ ਦਾ ਘਰ। ਅੱਛਾ, ਪਿੰਡ ਪਹੁੰਚ ਗਏ ਆਪਾਂ? ਹਾਂ, ਪਿੰਡ ਆਪਾਂ ਪਹੁੰਚ ਗਏ। ਇਹ ਆ 40 ਪਿੰਡ ਆ ਤੇ ਬਾਹਰ ਬਾਹਰ ਦਰਬਾਰ ਤੇ ਦਰਬਾਰ ਤੋਂ ਪਹਿਲਾਂ ਆਪਾਂ ਉਹਨਾਂ ਦਾ ਵੇਖ ਲਈਏ, ਉਹਨੂੰ ਬਾਬੇ ਨੂੰ ਪੁੱਛ ਕੇ ਉਹਨਾਂ ਦੇ ਕਿਸੇ ਬੰਦੇ ਨੂੰ ਤੇ ਫੇਰ ਹੀ ਅੱਗੇ ਤੁਰਾਂਗੇ। ਹਾਂਜੀ ਹਾਂਜੀ, ਲਓ ਜੀ ਆ ਤੁਹਾਡਾ ਪਿੰਡ ਆ ਬਜ਼ੁਰਗੋ। ਇੱਕ ਨਾ ਰਸੂਲਪੁਰੀਆਂ ਦਾ ਪਰਿਵਾਰ ਸੀ ਉਹ। ਰਸੂਲਪੁਰੀਆਂ? ਹਾਂਜੀ, ਜਿਹੜੇ ਦਾਦੀ ਉਹਨਾਂ ਦਾ। ਲਓ ਜੀ, ਰਸੂਲਪੁਰੀਆਂ ਦਾ ਪਰਿਵਾਰ ਲੱਭਦੇ ਆ ਬਜ਼ੁਰਗਾਂ ਨੂੰ। ਪਹਿਲਾਂ ਪਿੰਡ ਉਹਨਾਂ ਦਾ ਵਿਖਾ ਦਾ ਵੀ ਆਹ ਪਿੰਡ ਦੀ ਮੇਨ, ਜਿਵੇਂ ਉਹਨੇ ਦੱਸਿਆ ਸੀ ਨਾ ਵੀ 2 ਕਿਲੋਮੀਟਰ ਦੂਰ ਤੇ ਹੈਗਾ, ਪੂਰਾ 2 ਕਿਲੋਮੀਟਰ ਦੂਰ ਹੈ। ਹਾਂਜੀ, ਰੇਸ਼ਮ ਦੀ ਦਾਦੀ ਉਹਨਾਂ ਦਾ ਕੀ ਨਾਂ ਤੁਹਾਡੀ ਦਾਦੀ ਦਾ? ਰਾਜ ਕੌਰ। ਰਾਜ ਕੌਰ ਉਹਨਾਂ ਦੇ ਪਿੰਡ ਦੇ ਅਸੀਂ ਬਾਹਰ ਵੜ ਗਏ ਆ 140 ਦੇ ਵਿੱਚ, ਤੇ ਇਹਨੂੰ ਸਰਦਾਰ ਕੋਟ ਆਉਂਦੇ ਅੱਜ ਵੀ ਨਾਂ ਓਦਾਂ ਹੀ ਗੂਗਲ ਤੇ ਵੇਖਿਆ। ਹਾਂਜੀ ਹਾਂਜੀ, ਚੱਕ 140 ਲੈਲਪੁਰ ਹੁੰਦਾ ਸੀ ਪਹਿਲਾਂ। ਨਹੀਂ, ਹੈ ਲੈਲਪੁਰ, ਹੁਣ ਵੀ ਲੈਲਪੁਰ ਆ, ਫੈਸਲਾਬਾਦ ਤਹਿਸੀਲ ਜਿਹੜੀ ਸਮੁੰਦਰੀ ਆ। ਠੀਕ ਠੀਕ ਠੀਕ, ਤੇ ਪਿੰਡ ਜਿਹੜਾ ਇਹ ਵਾ ਜਿਹੜਾ ਤੁਹਾਨੂੰ ਦੱਸਿਆ ਨਾ, ਲਾ ਲਿਓ ਜਰਾ ਮੋਜੇ ਤੇ, ਲਾ ਲਿਓ ਜਾਂ ਕਾਲਰ ਤੇ ਲਾ ਲਿਓ। ਤੇ ਮੈਂ ਵੀਡੀਓ ਵੇਖਣ ਡਿਆ ਸਭ ਬਜ਼ੁਰਗਾਂ ਦੱਸਿਆ, ਮੈਂ ਵੀਡੀਓ ਲਾਈ ਵੀ ਆ ਵਿੱਚ ਵੀਡੀਓ 'ਚ ਜੀ ਆਪਣੇ ਇਸ ਐਪੀਸੋਡ 'ਚ। ਇੱਕ ਲੈਂਦੇ ਨਾਂ ਗਫੂਰ ਦਾ, ਗਫੂਰ ਹੈਦਰ। ਹਾਂਜੀ ਹੈਦਰ। ਹਾਂ, ਚਲੋ ਪਤਾ ਕਰਨ ਦੀ ਕੋਸ਼ਿਸ਼ ਕਰਦੇ ਆ। ਜਿਹੜੇ ਇੱਧਰ ਈਸਾਈਆਂ ਦੇ ਘਰ ਦੱਸਦੇ ਨੇ, ਕ੍ਰਿਸਚੀਅਨ ਦੇ। ਹਾਂਜੀ ਹਾਂਜੀ, ਉਸ ਪਾਸੇ ਆ। ਸਹੀ, ਤੇ ਤੁਹਾਨੂੰ ਉਹਨਾਂ ਨੇ ਕਹਿ ਕੇ ਘਲਾਇਆ ਵੀ ਪਿੰਡ ਵੇਖ? ਬਿਲਕੁਲ, ਉਹ ਅਮਰੀਕਾ ਕੱਲ ਦੇ ਜਾਗਣ ਦੇ ਆ, ਉਹਨਾਂ ਨੂੰ ਇਹੀ ਮੈਂ ਕਿਤੇ ਸੁੱਤਾ ਨਾ ਰਹਿ ਜਾਂ ਉੱਥੇ ਰਾਤ ਹੀ, ਤੇ ਰੇਸ਼ਮ ਕਿਤੇ ਪਿੰਡੋਂ ਹੋ ਨਾ ਆਵੇ, ਪਿੰਡੋਂ ਹੋ ਨਾ ਆਵੇ, ਤੇ ਉਹ ਵਿਚਾਰੇ ਕੱਲ ਦੇ ਵੇਟ ਕਰਨ ਦੇ ਰਾਤ ਦੇ। ਅੱਛਾ, ਹੁਣ ਵੀ ਆ ਵੀਡੀਓ ਕਾਲ, ਨੈਟ ਦੀ ਪ੍ਰੋਬਲਮ ਆ, ਉਹਨਾਂ ਨੂੰ ਵੀਡੀਓ ਕਾਲ ਕਰਕੇ ਸਾਰਾ ਦਿਖਾਉਂਦੇ ਆ ਨਾਲ। ਭਾਈ ਸਾਹਿਬ ਕੀ ਹਾਲ ਹੈ? ਇਹ ਇਹਨਾਂ ਦਾ ਗਫੂਰ ਆ, ਇੱਥੇ ਹੁੰਦਾ ਸੀ ਕੋਈ ਬਜ਼ੁਰਗ ਲੁਹਾਰਾਂ ਦੇ, ਉਹਨਾਂ ਦੇ ਘਰ ਦਾ ਪਤਾ ਕਿੱਥੇ? ਗਫੂਰ ਲੁਹਾਰ ਦਾ ਘਰ ਪਤਾ ਕਿੱਥੇ? ਗਫੂਰ ਲੁਹਾਰ ਨਹੀਂ ਪਤਾ, ਪੁਰਾਣੇ ਆਹ ਭਾਈ ਮਾਰੀ ਮਾਰਦਾ ਬੰਦ ਦਾ ਪੁੱਛ। ਚਾਚਾ ਕੀ ਹਾਲ ਹੈ? ਚਾਚਾ ਗਫੂਰ ਲੁਹਾਰ ਸੀ ਕੋਈ ਬਜ਼ੁਰਗ, ਉਹਨਾਂ ਦਾ ਪਤਾ ਘਰ? ਗਫੂਰ ਲੁਹਾਰ? ਹਾਂ, ਪੁਰਾਣੇ ਬਾਬਾ ਜੀ। ਗਫੂਰ ਲੁਹਾਰ ਦਾ ਘਰ ਕਿਹੜਾ ਵਾ?
ਹਾਂਜੀ ਚਾਲੀ 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 ਚ ਹਾਂਜੀ ਪੂਰਾ ਯਾਦ ਸੀ ਉਹਨਾਂ ਨੂੰ ਹਾਂਜੀ ਯਾਦ ਸੀ ਪੂਰਾ ਤੇ ਬਜ਼ੁਰਗੋ ਆ ਪਿੰਡ ਤੁਹਾਡਾ ਜੀ ਆਪਾਂ ਹੁਣ ਲੱਭਣ ਦੀ ਕੋਸ਼ਿਸ਼ ਕਰਦੇ ਇੱਥੋਂ ਕਿਸੇ ਬਜ਼ੁਰਗ ਨੂੰ ਬਾਬੇ ਨੂੰ ਜਿਹੜਾ ਤੁਹਾਨੂੰ ਦੱਸ ਸਕਿਆ ਪਿੰਡ ਦਾ ਵਿਚਾਲਾ ਪਿੰਡਾਂ ਨੂੰ ਚੱਲੀਏ ਪਹਿਲਾਂ ਹਾਂਜੀ ਵੇਖ ਲਓ ਤੁਸੀਂ ਪੁੱਛ ਕੇ ਕਿਸੇ ਨੂੰ ਨਾ ਪੁੱਛ ਕੇ ਫਿਰ ਵੇਖ ਲੈਂਦੇ ਹਾਂ ਇੱਕ ਵਾਰੀ ਉਹਨਾਂ ਨਾਲ ਕਾਲ ਵੀ ਕਰਦੇ ਉਹਨਾਂ ਨੂੰ ਰਾਹ ਵੀ ਪਤਾ ਆ ਰਾਹ ਤੇ ਉਹ ਪੁਰਾਣੇ ਹੋਣਗੇ ਵਿੱਚ ਪਿੰਡਾਂ ਦੇ ਜਿਹੜੇ ਗਲੀਆਂ ਗੁਲੀਆਂ ਦੇ ਚਾਚਾ ਜੀ ਇਹਨਾਂ ਨੂੰ ਪੁੱਛਿਆ ਆਂਦੇ ਵੀ ਗਫੂਰ ਲਵਾਰ ਹੋਣੀ ਪਿੰਡ ਤੋਂ ਉੱਠ ਕੇ ਚਲੇ ਗਏ ਕਿੱਥੇ ਗਏ ਕੋ ਪਤਾ ਅੱਛਾ ਕੋਈ ਪੁਰਾਣਾ ਐਸਾ ਤੁਹਾਡੇ ਪਿੰਡ ਕੋਈ ਬਜ਼ੁਰਗ ਹੋਊਗਾ ਜਿੰਨਾ ਉਸ ਟਾਈਮ ਦਾ ਹੋਵੇ ਵੰਡ ਤੋਂ ਪਹਿਲਾਂ ਦਾ ਮਾਰਤੇ ਇੱਥੇ ਬੈਠੇ ਨੇ ਚਲੋ ਠੀਕ ਮਿਹਰਬਾਨੀ ਸ਼ੁਕਰੀਆ 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 ਮਿਹਰਬਾਨੀ ਲਓ ਵੀ ਇਹਨੇ ਤਾਂ ਸਾਰੇ ਖੜਕਾ ਦਿੱਤੇ ਬਜ਼ੁਰਗੋ ਦਰਬਾਰ ਆ ਇੱਥੇ ਦਰਬਾਰ ਦੇ ਅੰਦਰ ਦੀ ਗਿੜੀ ਲਾ ਦੀ ਆਪਾਂ ਇਹ ਦਰਬਾਰ ਉਦੋਂ ਵੀ ਹੈਗਾ ਸੀ ਜੀ ਮਲੰਗ ਬੈਠੇ ਵਿੱਚ ਦਰਬਾਰ ਦੇ ਪਿੰਡ ਅਸੀਂ ਆ ਗਏ ਜੀ ਬਾਹਰ ਦਰਗਾਹ ਤੇ ਇਹਨਾਂ ਦੇ ਹੈਗੇ ਨੇ ਗੱਦੀ ਸਿੰਘ ਦੇ ਪੋਤਰੇ ਨੇ ਨਹੀਂ ਮੈਂ ਉਹਨਾਂ ਦਾ ਪੋਤਰਾ ਹਾਂ ਪੋਤਰਾ ਹੈਲੋ ਬਾਬਾ ਜੀ ਇਹ ਪਾਰਟੀਸ਼ਨ ਤੋਂ ਪਹਿਲਾਂ ਵੀ ਇਹ ਦਰਗਾਹ ਹਾਂਜੀ ਤਕਰੀਬਨ ਇਹਨਾਂ ਨੂੰ ਹੈਲੋ 1947 ਤੋਂ ਪਹਿਲੇ ਦੇ ਹਾਂਜੀ ਹਾਂਜੀ ਮਾਮਾ ਜੀ ਟੱਪੜ ਤੇ ਗਿਆ ਕੋਈ ਬੰਦੇ ਨਹੀਂ ਲੱਭਣ ਦੇ ਤੁਸੀਂ ਰਾਹ ਦੱਸ ਸਕਦੇ ਜੇ ਦੋ ਤਿੰਨ ਨਾਮ ਆਪਾਂ ਇੱਕ ਦਰਗਾਹ ਆ ਉੱਥੇ ਆਏ ਆ ਇਹ ਕਹਿੰਦੇ ਪਾਰਟੀਸ਼ਨ ਤੋਂ ਪਹਿਲਾਂ ਦੀ ਹੀ ਨਹੀਂ ਲਵਾਰ ਬਜ਼ੁਰਗ ਹੈ ਪੁਰਾਣਾ ਇੱਥੇ ਆਪਣੇ ਪਿੰਡ ਨਹੀਂ ਨਹੀਂ ਇੱਕ ਬਾਬੇ ਜੋਸ਼ ਪਾਗ ਦਾ ਦਰਬਾਰ ਦੇਖਣ ਦੀ ਵੀਡੀਓ ਮਲੰਗ ਸ਼ਾਹ ਦਾ ਦਰਬਾਰ ਨਹੀਂ ਦਰਬਾਰ ਨਹੀਂ ਮੈਂ ਬਜ਼ੁਰਗਾਂ ਦੀ ਨਹੀਂ ਉਹ ਇੱਥੇ ਨਹੀਂ ਮੈਂ ਆ ਵੇਖੋ ਪਿੰਡ ਦੀ ਵੀਡੀਓ ਆ ਹਾਂ ਪਿੰਡ ਦਾ ਆ ਜਗ੍ਹਾ ਦਰਗਾਹ ਪੁਰਾਣੇ ਕੋ ਬਾਬੇ ਹੋਣ ਜਦੋਂ ਕੋ ਪੁੱਛ ਸਕੀ ਆਰਫ ਭਾਰਤ ਨੂੰ ਕੀ ਹੈ ਔਰ ਹੁਣੀ ਉਹ ਤੇ ਪਿੰਡ ਛੱਡ ਕੇ ਚਲੇ ਗਏ ਪਿੰਡ ਛੱਡ ਕੇ ਇੱਥੇ ਚਲੇ ਗਏ ਚਲੋ ਪਿੰਡ ਚੱਲਦੇ ਪਤਾ ਲੱਗ ਗਿਆ ਅਜੇ ਵੀ ਜਦੋਂ ਅਜਾੜੇ ਪਏ ਸੀ ਨਾ ਸਵਾ ਮਹੀਨੇ ਦਾ ਸੀ ਚਾਲੀ ਆ ਬਾਬਾ ਜੀ ਅੱਗੇ 43 ਆ ਹੁੰਦਾ ਸੀ ਕੋਈ ਗਫੂਰ ਲਵਾਰ ਹੈਗਾ ਜੀ ਪਿੰਡ ਚ ਅੱਛਾ ਅੱਛਾ ਦਰਬਾਰ ਦੇ ਖੜੇ ਜੀ ਬਾਬੇ ਰਿਆਜ਼ ਸ਼ਾਹ ਦੇ ਜਗ੍ਹਾ ਜਗ੍ਹਾ ਧਾਰੀ ਚੌਂਕ ਚ ਹੁੰਦੀ ਸੀ ਜਿੱਥੇ ਖੂਹ ਲੱਗਾ ਸੀ ਹਾਂਜੀ ਹਾਂਜੀ ਹੈਗਾ ਜੀ ਉਹ ਹਾਂਜੀ
ਉਹਦੇ ਆਦਮੀ ਜਿੰਨਾ ਨੂੰ ਪਿਆਰੇ ਹੋ ਗਏ ਸਾਰੇ ਜੀ ਹੁਣ ਪੁਰਾਣੇ ਬੰਦੇ ਨਹੀਂ ਹੁਣ ਕੋਈ ਨੀ ਜੀ ਹੁਣ ਤੇ ਨਵਾਂ ਪੋਚ ਹੀ ਆ ਜੀ ਮਿਸਤਰੀ ਕਪੂਰ ਹੁੰਦਾ ਸੀ ਇੱਕ ਦੁਆਰ ਉਹ ਵੀ ਉਹਨਾਂ ਨੂੰ ਫੌਤ ਹੋ ਗਿਆ ਜੀ ਉਹ ਵੀ ਹੈ ਨੀ ਜੀ ਬਜ਼ੁਰਗ ਉਹ ਵੀ ਇੱਥੇ ਹੈ ਨੀ ਜੀ ਹੁਣ ਇੱਕ ਮਾਮਾ ਜੀ ਹੈਗੇ ਸ਼ਾਇਦ ਬਜ਼ੁਰਗ ਕੋਈ ਮਾਤਾ ਸੱਦਣ ਲੱਗੇ ਉਹਨਾਂ ਨੂੰ ਠੀਕ ਹੈ ਖੈਰ ਕੀ ਹੈ ਤੇ ਅਸਲਾਮ ਵਾਲੇਕੁਮ ਕੌਣ ਅਸਰੂ ਹੋਰ ਕਿਹੜਾ ਹੋਰ ਇੱਕ ਹੋਰ ਸੀ ਤੁਹਾਡੇ ਪਿੰਡ ਹੈਦਰ ਤੇ ਓਹਦੀ ਘਰ ਦੀ ਖੁਰਸ਼ਾਇਦਾ ਸੀ ਬਾਕੀ ਉਹਨਾਂ ਦੇ ਟੱਬਰ ਦਾ ਨਾਂ ਕੀ ਉਹਨਾਂ ਦਾ ਬਾਕੀ ਉਹਨਾਂ ਦੇ ਜੀ ਚਲੋ ਲੱਭ ਮਿਲਦੇ ਮਾਮਾ ਜੀ ਤਗੜਾ ਵਾਲੇ ਹੈਦਰ ਹੀ ਇੱਕ ਇੱਕ ਗਫੂਰ ਲਹਾਰ ਮਰ ਗਿਆ ਉਹਨਾਂ ਦੀ ਫੈਮਿਲੀ ਹੈਗੀ ਦੱਸਿਆ ਠੀਕ ਪਤਾ ਲੱਗ ਗਿਆ ਉਹਨਾਂ ਦੀ ਫੈਮਿਲੀ ਦਾ ਉਹਦਾ ਟੱਬਰ ਵੀ ਮਰ ਗਿਆ ਹਰੀ ਮਾਈ ਨੂੰ ਪੁੱਛਕਾਰ ਲੋ ਵੀ ਕੁਛ ਨਾ ਕੋਈ ਪੁੱਛਿਆ ਮਾੜਾ ਚੰਗਾ ਪਤਾ ਲੱਗਾ ਲੇਕਿਨ ਇਦਾਂ ਹੀ ਹੁੰਦਾ ਹੁੰਦਾ ਵਾ ਲੱਭਦੇ ਲੱਭਦੇ ਟਾਈਮ ਲੱਗਦਾ ਆਪਾਂ ਇੱਧਰ ਚੌਕ ਵੱਲ ਚੱਲਦੇ ਇੱਧਰ ਖੂਹ ਵਾਲਾ ਚੌਕ ਆ ਜਿਹੜੇ ਪੁਰਾਣੇ ਹੁੰਦੇ ਸੀ ਨਾ ਚੌਕ ਤੇ ਉੱਥੇ ਚੱਲਦੇ ਹਾਂ ਨਾਲੇ ਤੇ ਘਰ ਲੱਭਦੇ ਹਾਂ ਨਾਲੇ ਕੋਈ ਬਜ਼ੁਰਗ ਹੋਰ ਲੱਭਦੇ ਹਾਂ ਫਿਰ ਹੈਂ ਇਹ ਪਿੰਡਾਂ ਦੇ ਜਿਹੜੇ ਚੌਕ ਹੈ ਨਾ ਇੱਦਾਂ ਖੁੱਲ੍ਹੇ ਹੀ ਹੁੰਦੇ ਬਾਜ਼ਾਰ ਇੱਥੇ ਲਾ ਦੋ ਗੱਡੀ ਆਪਾਂ ਲਾ ਦਈਏ ਗੱਡੀ ਫੱਟੇ ਫੱਟੇ ਪਏ ਰੱਖੇ ਉਹਨਾਂ ਰਾਤ ਬਹਿਣ ਲਈ ਉਹਨਾਂ ਦੇ ਘਰ ਹਾਂ ਕਰ ਲੋ ਕੋਈ ਨਹੀਂ
ਇਹ ਪਿੱਛੇ ਸਾਈਆਂ ਦੇ ਘਰ। ਹਾਂਜੀ ਕੀ ਦੱਸਦੇ ਬਜ਼ੁਰਗ ਨਾਲ ਮੈਨੂੰ ਵੀ ਦੱਸ। ਹਾਂਜੀ ਹਾਂਜੀ ਹੁਣ ਬੋਲਿਓ ਮਾਮਾ ਜੀ ਇੱਕ ਵਾਰੀ। ਮਾਈ ਰਾਧੀ ਦਾ ਹੱਥਾ। ਅੱਛਾ ਇਹ ਗੁਰਦੁਆਰੇ ਤੋਂ ਕਿਹੜੇ ਪਾਸੇ ਸੀ ਆਪਣਾ? ਗੁਰਦੁਆਰਾ ਜਿਹੜਾ ਹਾਂਜੀ ਹਾਂਜੀ ਹੈਲੋ ਕੀ ਕਹਿੰਦੇ ਜੀ? ਖਜੂਰ ਲੱਗੀ ਖਜੂਰ ਖਜੂਰ ਆਹ ਵੇਖੋ ਆਹ ਪੁਰਾਣਾ ਖਜੂਰ ਲੱਗੀ ਕਹਿੰਦੇ। ਅੱਛਾ ਇਹ ਗੁਰਦੁਆਰਾ ਕਿੱਥੇ ਸੀ ਕਿਹੜੀ ਜਗ੍ਹਾ ਭਾਜੀ? ਸਾਹਮਣੇ ਆ ਜਿਹੜੀ ਨੁੱਕਰ ਦੇ ਦੁਕਾਨ ਜੀ ਹੈ ਨਾ। ਹਾਂ ਤੇ ਹੁਣ ਗੁਰਦੁਆਰਾ ਨੀਵਾਂ ਹੋ ਗਿਆ ਭਰਤੀਆਂ ਪੈ ਗਈਆਂ ਤੇ ਆ ਜਿਹੜੀ ਨੁੱਕਰ ਆਏ ਤੇ ਗੁਰਦੁਆਰੇ ਦੇ ਸਾਰਾ ਖਤਮ ਹੋ ਗਿਆ। ਮਸਜਿਦ ਦੇ ਸਾਹਮਣੇ ਗੁਰਦੁਆਰਾ ਪੈ ਹੈਲੋ ਆਹ ਵਾਲਾ ਮਾਮਾ ਜੀ ਆਹ ਹੀ ਗੁਰਦੁਆਰਾ ਆਹ ਜਿੱਥੇ ਦੁਕਾਨਾਂ ਜਿੱਥੇ ਦੁਕਾਨਾਂ ਆ ਬਾਬੇ ਮਨੀਰ ਦਾ ਘਰ ਸੀ ਇੱਧਰ ਆਇਆ ਕੋ ਸਮਝ ਚ? ਇਹ ਚੌਕ ਜੇ ਖਲੋਤੇ ਸੀ ਖੂਹ ਵਾਲੇ ਚੌਕ ਦੇ ਵਿਚ ਨਾਲ ਹੀ ਜਿੱਥੇ ਗੁਰਦੁਆਰਾ ਸੀ ਉੱਥੇ। ਹੈਲੋ ਹੈਲੋ ਹਾਂਜੀ ਹਾਂਜੀ ਮੈਂ ਕਿਹਾ ਖੂਹ ਦੇ ਬਿਲਕੁਲ ਖੂਹ ਦੇ ਉੱਤੇ ਖਲੋਤੇ ਆਪਾਂ ਚੌਂਕ ਦੇ ਵਿੱਚ ਤੇ ਆਹ ਗੁਰਦੁਆਰੇ ਵਾਲੀ ਨੁੱਕਰ ਸੀ। ਹਾਂਜੀ ਹਾਂ ਹਾਂ ਸੈਂਟਰ ਚ ਹਾਂਜੀ ਸਾਡਾ ਲੈਂਦੇ ਵੱਲ ਨੂੰ ਮੂੰਹ ਆ। ਹਾਂਜੀ ਹੈਲੋ ਆਡੀਓ ਕਰ ਲਓ ਕਾਲ ਫਿਰ ਫਿਰ ਆਹ ਨੁੱਕਰ ਜੇ ਤੁਹਾਡੀ ਆਹ ਵਾਲੀ ਪੁਰਾਣੇ ਘਰ ਸਾਰੇ ਖਤਮ ਹੋ ਗਏ ਸਾਰੇ ਨਾ ਨਵੇਂ ਆ ਹੁਣ ਬਣਾਏ ਲੋਕਾਂ ਨੇ ਬਾਅਦ ਦੇ ਵਿੱਚ ਮਾਮਾ ਜੀ। ਹਾਂਜੀ ਹਾਂ
ਫਿਰ ਆ ਹੋਣੇ ਇੱਥੇ ਕਿਤੇ ਹੋਣੇ ਤੁਹਾਡੇ ਸਰਦਾਰ ਕੋਲ ਪਿੰਡ ਦੇ ਨਿਆਣੇ ਕਿੰਨੇ ਇਕੱਠੇ ਹੋ ਗਏ ਐਸ ਘਰ ਚ ਖੂਹੀ ਸੀ ਐਸ ਘਰ ਚ ਖੂਹੀ ਸੀ ਮਾਮਾ ਜੀ ਛੋਟਾ ਛੋਟਾ ਕਰਤਾ ਹੋਣਾ ਮਾਮਾ ਜੀ ਨੇ ਘਰ ਬਣਾ ਲਿਆ ਘਰ ਬਣ ਗਏ ਵਿੱਚ ਵਿੱਚ ਘਰ ਬਣ ਗਏ ਹੁਣ ਉਹ ਪਹਿਲਾਂ ਨੀ ਨਾ ਖੁੱਲਾ ਰਹਿ ਗਿਆ ਹੁਣ ਗਲੀ ਬਣ ਗਈ ਇੱਥੇ ਜਿਸ ਤਰ੍ਹਾਂ ਆ ਵਿੱਚੋਂ ਦੀ ਪਿੱਛੇ ਸਾਈਆਂ ਦੇ ਘਰ ਸੀ ਹਾਂ ਉਹ 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 ਜੋ ਤੁਸੀਂ ਸੋਚਦੇ ਨਾ ਕਿ ਪੁਰਾਣਾ ਹੀ ਉਤਰਾ ਹੀ ਪਿਆ ਹੋਊਗਾ ਉਤਰਾ ਨਹੀਂ ਨਾ ਰਹਿ ਗਿਆ ਘਰ ਘੁਰ ਬਣ ਗਏ ਇੱਥੇ ਇੱਥੇ ਦੱਸਦੇ ਕਿ ਆਹ ਨੁੱਕਰ ਤੇ ਖੂਹੀ ਸੀ ਬਾਕੀ ਮੈਂ ਤੁਹਾਨੂੰ ਇੱਕ ਵਾਰੀ ਫਿਰ ਵੀ ਵੀਡੀਓ ਬਣਾ ਕੇ ਤੁਹਾਨੂੰ ਭੇਜ ਵੀਡੀਓ ਬਣਾ ਕੇ ਚੰਗੀ ਤਰ੍ਹਾਂ ਤੁਹਾਨੂੰ ਭੇਜਦੇ ਹਾਂ ਹਾਂਜੀ ਇਹ ਬਾਬਾ ਖੂਹੀ ਵਾਲੇ ਵੱਜਦੇ ਆ ਟੱਬਰ ਹਾਂਜੀ ਕੀ ਕਹਿੰਦੇ ਜੇ ਮੈਂ ਕਿਹਾ ਸਾਰਿਆਂ ਪਰਿਵਾਰਾਂ ਨੂੰ ਆਖੋ ਮੇਰੀ ਵੱਲੋਂ ਸਲਾਮਾਂ ਲੈ ਕੇ ਠੀਕ ਹੈ ਜੀ ਠੀਕ ਹੈ ਜੀ ਕਹੋ ਜੀ ਸਾਰਿਆਂ ਨੂੰ ਆਖੋ ਸਾਰੇ ਇਕੱਠੇ ਹੋਏ ਆ ਪਿੰਡ ਦੇ ਬੱਚੇ ਸਾਰੇ ਸਲਾਮ ਆਇਆ ਵੀ ਸਾਡੇ ਵੱਡਿਆਂ ਵੱਲੋਂ ਸਾਰਿਆਂ ਨੂੰ ਪਿੰਡ ਦੇ ਆਣੇ ਹੋਣਗੇ ਕਿਤੇ ਪੁਰਾਣੀ ਗੱਲ ਉਦੋਂ ਉਹਨਾਂ ਦੀ ਦਸ ਨਹੀਂ ਅਠਾਰਾਂ ਵੀਹ ਸਾਲ ਉਮਰ ਸੀ ਮੇਰੇ ਹਿਸਾਬ ਨਾਲ ਹੁਣ ਸੌ ਸਾਲ ਦੇ ਕਰੀਬ ਹੋ ਗਏ ਨੇ ਹਾਂਜੀ ਇਹ ਮੁੰਡਾ ਜੀ ਆਪਣੇ ਬਾਬਿਆਂ ਨੂੰ ਪਿੰਡ ਵਿਖਾਉਣ ਆਇਆ ਹਾਂਜੀ ਬਹੁਤ ਵਧੀਆ ਲੱਗਾ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਸਾਰਿਆਂ ਨੇ ਬੜਾ ਸਾਥ ਦਿੱਤਾ ਵਿਚਾਰੇ ਉੱਥੋਂ ਆਏ ਪਿੰਡ ਵਿੱਚ ਸਾਰਾ ਕੁਝ ਦਿਖਾਉਣ ਲਈ ਬਹੁਤ ਬਹੁਤ ਸ਼ੁਕਰੀਆ ਨਹੀਂ ਫਿਰ ਮਿਲਦੇ ਹਾਂ ਕੋਈ ਗੱਲ ਨਹੀਂ ਆਪਾਂ ਲੈ ਕੇ ਆਵਾਂਗੇ ਉਹਨਾਂ ਨੂੰ ਵੀ ਸਰ ਪਾਣੀ ਹੀ ਪੀ ਲਿਆ ਬਹੁਤ ਸ਼ੁਕਰੀਆ ਤੁਹਾਡਾ ਹੁਣੇ ਛੱਕ ਕੇ ਨਹੀਂ ਸਰ ਮਿਹਰਬਾਨੀ ਬਹੁਤ ਸ਼ੁਕਰੀਆ ਸਾਰਿਆਂ ਦਾ ਬਹੁਤ ਸ਼ੁਕਰੀਆ ਤੁਹਾਡੀ ਸਾਰਾ ਕੁਛ ਹੋ ਗਿਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਚਲੋ ਕਰ ਦੋ ਇੱਕ ਵਾਰੀ ਬਾਏ ਬਾਏ ਤੇ ਆਪਾਂ ਚੱਲੀਏ ਓਕੇ ਜੀ ਠੀਕ ਹੈ ਲਓ ਬਾਈ ਪਿੰਡ ਆਪਾਂ ਲਿਆ ਵੇਖ ਇਹਨਾਂ ਦਾ ਬਜ਼ੁਰਗਾਂ ਦਾ ਜਿੰਨਾ ਕੁ ਸਾਨੂੰ ਪਤਾ ਲੱਗ ਸਕਿਆ ਨਾ ਉਨਾ ਲਵਾ ਲਿਆ ਪਤਾ ਆਪਾਂ ਹਾਂਜੀ ਕਿਉਂਕਿ ਹੁਣ ਬੜਾ ਟਾਈਮ ਬਹੁਤ ਹੋ ਗਿਆ 77 ਸਾਲ ਹੋ ਗਿਆ
ਉਹ ਗੱਲ ਨਹੀਂ ਰਹੀ ਹੁਣ ਵੀ ਪੁਰਾਣੇ ਘਰ ਨਹੀਂ ਘਰ ਘਰ ਦੋ ਦੋ ਤਿੰਨ ਤਿੰਨ ਵਾਰੀ ਕਈ ਜਗ੍ਹਾ ਤੇ ਬਣ ਗਏ ਸਾਡੇ ਉਧਰ ਠੱਠ ਠੱਕ ਕੇ ਇੰਨੇ ਸਾਲਾਂ ਚ ਨਵੇਂ ਤੋਂ ਨਵੇਂ ਬਣ ਗਏ ਘਰ ਘਰਾਂ ਦੇ ਘਰ ਵਿੱਚ ਬਣ ਗਏ ਤੇ ਲੇਕਿਨ ਇਹ ਵੇਖ ਲਓ ਵੀ ਪਿੰਡ ਪੂਰੇ ਦਾ ਪੂਰਾ ਇਕੱਠਾ ਹੋ ਗਿਆ ਪਿੰਡ ਪੂਰੇ ਦਾ ਪੂਰਾ ਇਕੱਠਾ ਹੋ ਗਿਆ ਇਹ ਚੀਜ਼ ਵੇਖੀ ਆ ਭਾਈਚਾਰਾ ਪੂਰਾ ਕਾਇਮ ਹੈ ਅਜੇ ਵੀ ਸਾਰੇ ਫਿਰ ਆਫਰ ਵੀ ਕਰਦੇ ਆ ਜੋ ਚਾਹ ਹਾਂਜੀ 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 ਚਲੋ ਓਵਰਆਲ ਕਿਸ ਤਰ੍ਹਾਂ ਰਿਹਾ ਫਿਰ ਜੋ ਆਪਾਂ ਸੁਣਦੇ ਹੁੰਦੇ ਹਨਾ ਆਪਾਂ ਉਧਰ ਵੀ ਆਪਣੇ ਪੰਜਾਬ ਚ ਕੀ ਪੁਰਾਣਾ ਪੁਰਾਣਾ ਸਮਾਂ ਜਿਹੜਾ ਭਾਈਚਾਰਾ ਹੁੰਦਾ ਸੀ ਉਹ ਇੱਥੇ ਹੁਣ ਪ੍ਰੈਜ਼ੈਂਟ ਚ ਐਕਸਪੀਰੀਅੰਸ ਕਰਨ ਨੂੰ ਮਿਲਦਾ ਸਾਡੇ ਉਧਰ ਥੋੜਾ ਘਟ ਗਈ ਇਹ ਚੀਜ਼ ਇੱਧਰ ਪਰ ਪੂਰੀ ਬਰਕਰਾਰ ਹੈ ਉਦਾਂ ਹੀ ਚਲੋ ਜੀ ਆਪਾਂ ਇਹਨਾਂ ਨੂੰ ਬਜ਼ੁਰਗਾਂ ਨੂੰ ਇੱਕ ਵਾਰੀ ਉਹਨਾਂ ਦਾ ਪਿੰਡ ਵਿਖਾਤਾ ਵੀਡੀਓ ਦੀ ਰਾਹੀਂ ਤੇ ਹੁਣ ਉਹਨਾਂ ਨੂੰ ਫਿਜ਼ੀਕਲੀ ਆਪਾਂ ਸੱਦਣਾ ਹੈ ਬਿਲਕੁਲ 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 ਇਹ ਤੁਸੀਂ ਉਪਰਾਲਾ ਕੀਤਾ ਸਾਡੇ ਤੇ ਸਾਰਾ ਪੰਜਾਬ ਤੁਹਾਡਾ ਹੀ ਸ਼ੁਕਰਾਨਾ ਕਰਦਾ ਹਮੇਸ਼ਾ ਬਹੁਤ ਪਰਿਵਾਰਾਂ ਦਾ ਤੁਸੀਂ ਨਿਆਣੇ ਫੇਰ ਆਪਣੇ ਪਿੱਛੇ ਇੱਕ ਵਾਰੀ ਵੇਖ ਲਓ ਕਿਆ ਮੁੜ ਕੇ ਦੇ ਉਹ ਇਹਨਾਂ ਨੂੰ ਪੂਰਾ ਪੰਜਾਬ ਬਾਜ਼ਾਰ ਭਰਿਆ ਅੱਛਾ ਮਾਮਲੇ ਜਮ੍ਹਾਂ ਹੁੰਦੇ ਹਾਂ ਠੀਕ ਹੈ ਭਾਈ ਰੱਬ ਰੱਖਾ ਬਹੁਤ ਸ਼ੁਕਰੀਆ ਸਾਰਿਆਂ ਦਾ ਬਹੁਤ ਮਿਹਰਬਾਨੀ ਮਿਹਰਬਾਨੀ ਤੁਹਾਡੇ ਸਾਰਿਆਂ ਦੀ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਮੁਹੱਬਤ ਸਰ ਹੋ ਗਿਆ ਸਾਰਾ ਕੁਝ ਹੋ ਗਿਆ ਅੱਛਾ ਭਾਈ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਆਓ ਜੀ ਤੁਸੀਂ ਇੱਧਰ ਦੇ ਉਧਰ ਆਏ ਜੇ ਮੈਂ ਉਧਰ ਪੈਦਾ ਹੋਇਆ ਸੀ ਕਿਹੜਾ ਪਿੰਡ ਉੱਥੇ ਆਪਣਾ ਉੱਥੇ ਜਿਹੜਾ ਹਿਸ਼ਾਰਪੁਰ ਤਹਿਸੀਲ ਸੂਬੇ ਵਿੱਚ ਸਬਦਲਪੁਰ ਸਬਦਲਪੁਰ ਹਾਂਜੀ ਕਿੰਨੀ ਉਮਰ ਸੀ ਤੋਂ ਆਏ ਸਿੱਧੂ ਮੂਸੇਵਾਲੇ ਦੇ ਪੂਰੇ ਫੈਨ ਇੱਥੇ ਸਾਰਾ ਪੰਜਾਬ ਬਹੁਤ ਪਿਆਰ ਕਰਦਾ ਸਿੱਧੂ ਮੂਸੇਵਾਲੇ ਜਾਣਦੇ ਨੇ ਬਾਬਾ ਜੀ ਤੁਸੀਂ ਨਮਾਜ਼ ਪੜ੍ਹ ਕੇ ਆਏ ਹੋ ਇਹ ਮਸਜਿਦ ਵਾਲੇ ਕਾਰੀ ਸਾਹਿਬ ਹੈਗੇ ਇੱਥੇ ਇੱਥੇ ਨੇ ਹੁਣ ਐਲਾਨ ਕੀਤਾ ਐਲਾਨ ਕੀਤਾ ਤੈਨੂੰ ਦੇ ਦਿਓ ਤੁਸੀਂ ਫਿਰ ਮਸਜਿਦ ਇਹਨਾਂ ਦੇ ਬਾਬੇ ਵੱਲੋਂ ਪੈਸੇ ਦੇ ਦਿਓ ਦੱਸ ਦਿਓ ਕਿੰਨੇ ਪੈਸੇ ਆ 11,000 ਇਹ 11,000 ਰੁਪਈਆ ਮਸਜਿਦ ਇਹਨਾਂ ਦੇ ਬਜ਼ੁਰਗਾਂ ਵੱਲੋਂ ਸੋਹਣ ਸਿੰਘ ਦੇ ਤਾਰਾ ਸਿੰਘ ਦੇ ਰਸੂਲਪੁਰੀਆਂ ਦਾ ਪਰਿਵਾਰ ਹੁੰਦਾ ਸੀ ਨਾ ਸਰੈਨ ਸਿੰਘ ਹਾਂਜੀ ਉਹਨਾਂ ਤੋਂ ਮਾਸ਼ਾ ਅੱਲਾਹ ਉਹਨਾਂ ਦਾ ਇਹੋ ਹੀ ਘਰ ਸੀ ਨਾ ਨੁੱਕਰ ਵਾਲਾ ਨੁੱਕਰ ਵਾਲਾ ਘਰ ਮਸਜਿਦ ਦੇ ਪਿੱਛੇ ਬਿਲਕੁਲ ਇਹੋ ਇਹ ਰਸੂਲਪੁਰੀਆਂ ਦੇ ਪਰਿਵਾਰ ਵੱਲੋਂ ਜੇ ਦੱਸ ਦਿਓ ਹੈ ਸਰੈਨ ਸਿੰਘ ਹੋਣਾ ਵੱਲੋਂ ਮਸਜਿਦ ਵਾਸਤੇ ਸੁਣਾ ਦੇ 295 ਸੁਣਾ ਦੇ ਸਾਰੇ ਸੁਣਾ ਦੋ ਇੱਕੋ ਵਾਰ 295 ਸੁਣਾ ਦੋ ਖਿੱਚ ਦੋ ਕੰਮ ਚਲੋ ਬਾਈ ਤੁਸੀਂ ਸੁਣਾਓ 495 ਸੁਣਾ ਦੋ
ਚੰਗਾ ਲੱਗਾ ਤੈਨੂੰ? ਚੰਗਾ ਲੱਗਾ? ਇਨਸ਼ਾਅੱਲਾ। ਚਲੋ ਸਤਿ ਸ੍ਰੀ ਅਕਾਲ ਪੁੱਤ। ਹੋਰ ਹੈਗੇ ਆ ਲੋ ਵੀ ਪਿੰਡ ਆਪਾਂ ਲਿਆ ਵੇਖ ਤੇ ਦਰਵਾਜ਼ਾ ਖੁੱਲਾ ਮੇਰਾ ਗੱਡੀ ਕਰਨ ਦੀ ਹੱਟੀ ਹੱਟੀ ਤੇ ਮੈਂ ਪਹਿਲਾਂ ਇਹਨੂੰ ਕਰਾਂ ਬੰਦ। ਨਿਆਣੇ ਬੜੇ ਚਮੜੇ ਸੀ। ਪਿੰਡ ਆਪਾਂ ਲਿਆ ਵੇਖ ਪੂਰਾ ਵਧੀਆ ਲੱਗਾ। ਵਧੀਆ ਲੱਗਾ, ਬਜ਼ੁਰਗ ਵੀ ਖੁਸ਼ ਹੋ ਗਏ ਸਾਡੇ। ਚਲੋ ਪਿੰਡ ਵੇਖ ਲਿਆ ਆਪਣਾ, ਖੁਸ਼ ਹੋ ਗਏ ਬਜ਼ੁਰਗ। ਬਿਲਕੁਲ ਬਿਲਕੁਲ, ਚਲੋ ਪਿੰਡ ਸਾਰਾ ਇਕੱਠਾ ਹੋ ਗਿਆ। ਇਹ ਨਾਰਮਲ ਰੂਟੀਨ ਦੀ ਗੱਲ ਹੈ, ਆਪਾਂ ਦੱਸ ਕੇ ਆਉਂਦੇ ਸਾਰਾ ਪਿੰਡ ਇਕੱਠਾ। ਬਿਲਕੁਲ ਬਿਲਕੁਲ, ਬਟ ਇਹ ਚੀਜ਼ ਇੱਥੇ ਮੈਂ ਵੇਖੀ ਹੈ, ਭਾਈਚਾਰਾ ਹਜੇ ਵੀ ਪਹਿਲਾਂ ਵਾਂਗੂ। ਇਹ ਚੀਜ਼ਾਂ ਆਪਾਂ ਵੇਖੀਆਂ ਨਹੀਂ, ਸੁਣੀਆਂ ਹੈ ਆਪਣੇ ਪੰਜਾਬ 'ਚ ਕਿ ਹਾਂ ਸਾਡੇ ਵੱਡੇ ਦੱਸਦੇ ਆ ਕਿ ਇੱਦਾਂ ਹੁੰਦਾ ਸੀ ਪਹਿਲਾਂ ਵੀ ਭਾਈਚਾਰਾ, ਕੋਈ ਇੱਕ ਦਾ ਪ੍ਰਾਹੁਣਾ ਆਉਂਦਾ ਸੀ ਤਾਂ ਸਾਰੇ ਪਿੰਡ ਦਾ ਹੀ ਸਮਝਿਆ ਜਾਂਦਾ ਹੈ। ਹੁਣ ਉਹ ਖਤਮ ਹੋ ਗਈਆਂ, ਪਰ ਇੱਥੇ ਹਜੇ ਵੀ ਉੱਦਾਂ ਹੀ ਆ। ਇੱਥੇ ਇਹ ਚੀਜ਼ਾਂ, ਉਹ ਯਾਦਾਂ ਸਾਡੀਆਂ ਤਾਜ਼ੀਆਂ ਹੋਈਆਂ, ਗੱਲਾਂ ਸੁਣੀਆਂ ਸੀ ਜਿਹੜੀਆਂ, ਇਹ ਚੀਜ਼ਾਂ ਇੱਥੇ ਹਜੇ ਵੀ ਉੱਦਾਂ। ਬਹੁਤ ਵਧੀਆ ਲੱਗਾ। ਚਲੋ ਜੀ, ਬੈਲਟ ਲਾ ਲਓ ਅਤੇ ਅੱਜ ਦਾ ਵੀਡੀਓ ਹੋਪਫੁਲੀ ਤੁਹਾਨੂੰ ਵਧੀਆ ਲੱਗਾ ਹੋਊਗਾ। ਵਧੀਆ ਲੱਗਾ ਤਾਂ ਸ਼ੇਅਰ ਜ਼ਰੂਰ ਕਰ ਦਿਓ ਅਤੇ ਅਗਲੇ ਵੀਡੀਓ ਤੱਕ ਦੋ ਇਜਾਜ਼ਤ ਮਿਲਦੇ ਤੁਹਾਨੂੰ। ਫਿਰ ਰੱਬ ਰੱਖਾ, ਧੰਨਵਾਦ।